ਦੇਖਣ ਮਾਪਣ ਅਤੇ ਤੋਲਣ ਵਿੱਚ ਛੋਟਾ ਜਿਹਾ ਲੱਗਣ ਵਾਲਾ ਮਸਤਕ ਜਾਦੂਈ ਯੋਗਤਾਵਾਂ ਅਤੇ ਗਤੀਵਿਧੀਆਂ ਨਾਲ ਭਰਪੂਰ ਹੈ ਇਸ ਵਿੱਚ 10 ਅਰਬ ਨਰਵ ਸੈੱਲ ਹੁੰਦੇ ਹਨ ਉਹਨਾਂ ਦੀ ਜ਼ਿਆਦਾਤਰ ਸ਼ਮਤਾਵਾਂ ਸੁੱਤੀ ਅਵਸਥਾ ਵਿੱਚ ਪਈਆਂ ਰਹਿੰਦੀਆਂ ਹਨ ਇਨ੍ਹਾਂ ਕੋਸ਼ਾਂ ਤੋਂ ਰੋਜ਼ਾਨਾ ਜੀਵਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਬਹੁਤ ਘੱਟ ਕੰਮ ਘੱਟ ਕੰਮ ਲਿਆ ਜਾਂਦਾ ਹੈ ਪਰ ਜੇ ਮੌਕਾ ਮਿਲਦਾ ਤਾਂ ਉਹ ਲੱਖਾ ਗੁਣੀ ਸਮਰੱਥਾ ਪ੍ਰਦਰਸ਼ਿਤ ਕਰ ਸਕਦੇ ਸਨ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ ਪੁਸਤਕ ਦਾ ਨਾਮ ਮਾਨਵੀ ਮਸਤਕ ਵਿਲੱਖਣ ਕੰਪਿਊਟਰ ਪੁਸਤਕ ਦੀ ਜਾਣਕਾਰੀ ਮਨੁੱਖੀ ਸਰੀਰ ਆਪਣੇ ਆਪ ਵਿੱਚ ਪਰਮਾਤਮਾ ਦੀ ਇੱਕ ਅਦਭੁਤ ਅਤੇ ਵਿਲੱਖਣ ਰਚਨਾ ਹੈ ਮਨੁੱਖੀ ਸਰੀਰ ਵਰਗੀ ਸਤ ਸੁਖਮ ਗੁਨਾ ਤੋਂ ਬਣੀ ਹੋਈ ਮਸ਼ੀਨ ਅਤੇ ਖੁਦ ਸੰਚਾਲਿਤ ਮਸ਼ੀਨ ਨੂੰ ਬਣਾ ਸਕਣਾ ਤਾਂ ਦੂਰ ਦੀ ਗੱਲ ਹੈ ਇਸ ਦੀ ਬੰਤਰ ਨੂੰ ਅਜੇ ਤੱਕ ਸਮਝਣਾ ਵੀ ਸੰਭਵ ਨਹੀਂ ਹੋ ਸਕਿਆ ਇਸ ਵਿਲੱਖਣ ਅਤੇ ਅਦਭੁਤ ਯੰਤਰ ਦਾ ਸੰਚਾਲਨ ਕੇਂਦਰ ਮਸਤਕ ਹੈ ਇਸ ਨੂੰ ਜਾਦੂ ਦੀ ਪਟਾਰੀ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੈ ਇਸ ਜਾਦੂ ਇਸ ਜਾਦੂ ਦੇ ਪਟਾਰੇ ਵਿੱਚੋਂ ਬਹੁਤ ਸਾਰੀਆਂ ਉਪਯੋਗੀ ਚੀਜ਼ਾਂ ਨਿਕਲਦੀਆਂ ਹਨ ਜਿਨ੍ਹਾਂ ਨੇ ਸਾਡੇ ਜੀਵਨ ਨੂੰ ਸਰਲ ਬਣਾ ਦਿੱਤਾ ਹੈ ਫਿਰ ਕਿ ਇਹ ਜ਼ਰੂਰੀ ਨਹੀਂ ਕਿ ਅਸੀਂ ਅਜਿਹੇ ਮਹੱਤਵਪੂਰਨ ਹਿੱਸੇ ਦੀ ਸੰਪੂਰਨ ਜਾਣਕਾਰੀ ਪ੍ਰਾਪਤ ਕਰ ਸਕੀਏ ਮਸਤਕ ਸੰਬੰਧੀ ਕੁਝ ਪ੍ਰਸ਼ਨ ਮਸਤਕ ਦੇ ਕਿੰਨੇ ਹਿੱਸੇ ਹਨ ਅਤੇ ਉਹਨਾਂ ਦਾ ਕੀ ਕੰਮ ਹੈ ਕਿ ਮਸਤਕ ਦੀ ਸ਼ਕਤੀ ਵਧਾਉਣ ਦਾ ਕੋਈ ਉਪਾਏ ਹੈ ਕਿ ਪੜਨ ਦੀ ਗਤੀ ਤੇਜ਼ ਕੀਤੀ ਜਾ ਸਕਦੀ ਹੈ ਸਾਡੀ ਸ਼ਕਤੀ ਕਦੋਂ ਨਸ਼ਟ ਹੁੰਦੀ ਹੈ ਅਤੇ ਉਸ ਨੂੰ ਵਧਾਉਣ ਦੇ ਕੀ ਤਰੀਕੇ ਹਨ? ਬਿਮਾਰੀਆਂ ਤਾਂ ਸਰੀਰ ਵਿੱਚ ਆਪਣੇ ਆਪ ਪ੍ਰਗਟ ਹੁੰਦੀਆਂ ਹਨ। ਉਹਨਾਂ ਦਾ ਮੂਲ ਕਾਰਨ ਕੀ ਹੈ? ਮਾਨਸਿਕ ਸੰਤੁਲਨ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਆਪਣੀਆਂ ਯੋਗਤਾ ਦੇ ਕਿਹੜੇ ਤਰੀਕੇ ਹਨ? ਸਰੀਰ ਵਿੱਚ ਮਸਤਕ ਦਾ ਉਹੀ ਸਥਾਨ ਹੈ ਜੋ ਕਿਸੇ ਵੱਡੇ ਕਾਰਖਾਨੇ ਵਿੱਚ ਮਸ਼ੀਨਾਂ ਨੂੰ ਬਿਜਲੀ ਸਪਲਾਈ ਕਰਨ ਵਾਲੀ ਸ਼ਕਤੀਸ਼ਾਲੀ ਮੋਟਰ ਦਾ ਹੁੰਦਾ ਹੈ। ਮਸਤਕ ਸਰੀਰ ਉੱਤੇ ਪੂਰੀ ਤਰ੍ਹਾਂ ਨਿਯੰਤਰਣ ਰੱਖਦਾ ਹੈ। ਦਿਮਾਗ ਆਪਣੇ ਆਪ ਤਾਂ ਬਹੁਤ ਕੁਝ ਕਰਦਾ ਹੈ। ਪਰ ਉਸ ਦਾ ਸਮਝਦਾਰੀ ਤੋਂ ਨਿਯੰਤਰਣ ਅਤੇ ਉਪਯੋਗ ਕਰਨਾ ਬਹੁਤ ਘੱਟ ਘੱਟ ਲੋਕਾਂ ਨੂੰ ਆਉਂਦਾ ਹੈ। ਉਪਯੋਗ ਦੀ ਸਹੀ ਵਿਧੀ ਦੀ ਜਾਣਕਾਰੀ ਨਾ ਹੋਣ ਤੇ ਪ੍ਰਯੋਗ ਗਲਤ ਹੁੰਦੇ ਹਨ ਅਤੇ ਗਲਤੀ ਦੇ ਪ੍ਰਿਨਾਮ ਮਾੜੇ ਅਤੇ ਨੁਕਸਾਨਦਾਇਕ ਹੀ ਹੋ ਸਕਦੇ ਹਨ। ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ ਜੋ ਦਿਮਾਗ ਸੰਬੰਧੀ ਸਾਰੇ ਪ੍ਰਸ਼ਨਾਂ ਦਾ ਉੱਤਰ ਦਿੰਦੀ ਹੈ ਅਤੇ ਉਸ ਦੇ ਉਪਯੋਗ ਦੀ ਸਹੀ ਜਾਣਕਾਰੀ ਦੱਸਦੀ ਹੈ ਜਿਸ ਦੇ ਰਾਹੀਂ ਅਸੀਂ ਹਰ ਆਉਣ ਵਾਲੀ ਗੱਲ ਨੂੰ ਸੰਭਵ ਕਰ ਸਕਦੇ ਹਾਂ। ਅਜਿਹੀ ਹੀ ਹੈ ਮਤਤਕ ਦੀ ਵਿਲੱਖਣ ਸ਼ਕਤੀ ਪੁਸਤਕ ਦੇ ਕੁਝ ਅੰਗ ਦਿਮਾਗ ਦੀ ਚੇਤਨਾ ਉੱਤੇ 8% ਨਿਯੰਤਰਣ ਕਰ ਸਕਣਾ ਪ੍ਰਤੀਸ਼ੀਲ ਮਨੁੱਖ ਦੇ ਲਈ ਅਜੇ ਤੱਕ ਸੰਭਵ ਹੋ ਸਕਿਆ ਹੈ 92% ਸ਼ਕਤੀ ਅਜੇ ਹੀ ਹੈ ਇਹੀ ਹੈ ਜਿਸ ਨੂੰ ਕਾਬੂ ਕਰਨਾ ਤਾਂ ਦੂਰ ਉਸ ਦੀ ਚੰਗੀ ਤਰ੍ਹਾਂ ਤੋਂ ਜਾਣਕਾਰੀ ਵੀ ਹਾਸਲ ਨਹੀਂ ਕੀਤੀ ਜਾ ਸਕਦੀ ਮਸਤਕ ਦੇ ਆਮ ਇੰਦਰੀਆ ਦੇ ਗਿਆਨ ਦੀ ਜਾਣਕਾਰੀ ਸੀਮਤ ਹੈ ਅਜਿਹਾ ਸ਼ਰੀਰੀ ਵਿਗਿਆਨੀਆਂ ਦੁਆਰਾ ਕਿਹਾ ਗਿਆ ਹੈ ਨਿਊਰੋਲੋਜੀ ਪੈਰਾਸਾਈਕੋਲੋਜੀ ਮੈਟਾਫਿਜ਼ੀਕਲ ਵਿਗਿਆਨੀ ਇਹ ਹੀ ਮੰਨਣ ਲੱਗੇ ਹਨ ਕਿ ਬ੍ਰਹਮਾਣ ਮਨ ਦਾ ਹੀ ਅੰਸ਼ ਹੈ ਜੋ ਕੁਝ ਵਿਰਾਟ ਬ੍ਰਹਮਾਣ ਵਿੱਚ ਹੋ ਰਿਹਾ ਹੈ ਉਸ ਦੀਆਂ ਸੰਵੇਦਨਾਵਾਂ ਮਾਨਵੀ ਮਨ ਦੁਆਰਾ ਮਿਲ ਸਕਦੀਆਂ ਹਨ ਦਿਮਾਗ ਦਾ ਅਗਲਾ ਹਿੱਸਾ ਸੈਰੀਬਰਮ ਸੰਵੇਦਨਾਵਾਂ ਅਤੇ ਇੱਛਾਵਾਂ ਦਾ ਕੇਂਦਰ ਹੈ ਬੁੱਧੀ ਵਿਚਾਰਸ਼ੀਲਤਾ ਅਤੇ ਭਾਵਨਾਵਾਂ ਵੀ ਇੱਥੋਂ ਹੀ ਪੈਦਾ ਹੁੰਦੀਆਂ ਹਨ ਮਸਤਕ ਦੇ ਪਿਛਲੇ ਹਿੱਸੇ ਨੂੰ ਸੈਰੀ ਬੇਲਮ ਕਿਹਾ ਜਾਂਦਾ ਹੈ ਸਰਲ ਪ੍ਰਕਿਰਿਆਵਾਂ ਐਕਸ਼ਨ ਦਾ ਨਿਯੰਤਰਣ ਇੱਥੋਂ ਹੀ ਹੁੰਦਾ ਹੈ ਮਸਤਕ ਦਾ ਤੀਜਾ ਭਾਗ ਮੈਡੂਲਾ ਆਲ ਬਲੋਟਾ ਗੇਟਾ ਸਵੈਚਨਚਾਲਿਤ ਪ੍ਰਕਿਰਿਆ ਦਾ ਮਾਨਕ ਹੈ ਮਨੁੱਖੀ ਮਸਤਕ ਵਿੱਚ ਜੋ ਅਦਭੁਤ ਸ਼ਕਤੀ ਭਰੀਆਂ ਪਈਆਂ ਹਨ ਉਸ ਵਿੱਚੋਂ ਉਹ ਸਿਰਫ ਕੁਝ ਹੀ ਮਾਤਰਾ ਦਾ ਪਦਰਾ ਦਾ ਪ੍ਰਯੋਗ ਹੋ ਸਕਿਆ ਹੈ ਸਿਧਾਂਤਕ ਅਤੇ ਵਿਵਹਾਰਕ ਸਿੱਖਿਆ ਰਾਹੀਂ ਮਨੁੱਖ ਦੀ ਜਾਣਕਾਰੀ ਅਤੇ ਕਾਰਜ ਕੁਸ਼ਲਤਾ ਵਧਦੀ ਹੈ ਗਿਆਨਾਤਮਕ ਕਾਰਜਸ਼ੀਲਤਾ ਸੰਯੋਜਨਾਤਮਕ ਤਿੰਨਾ ਕਿਰਿਆਵਾਂ ਨਾਲ ਮਸਤਕ ਨੂੰ ਇੰਨਾ ਵਿਕਸ਼ਿਤ ਕੀਤਾ ਜਾ ਸਕਦਾ ਹੈ ਕਿ ਸੰਸਾਰ ਵਿੱਚ ਕਿਸੇ ਵੀ ਸਥਾਨ ਤੇ ਬੈਠੇ ਬੈਠੇ ਸ੍ਰਿਸ਼ਟ ਬ੍ਰਹਮਾਂਡ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਕਿਸੇ ਵੀ ਥਾਂ ਦੀ ਕੀੜੀ ਤੋਂ ਵੀ ਛੋਟੀ ਚੀਜ਼ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ ਸੰਸਾਰ ਵਿੱਚ ਜੋ ਕੁਝ ਵੀ ਹੈ ਉਸ ਤੇ ਮਲਕੀਅਤ ਅਤੇ ਮੋਹਿਤ ਵੀ ਕਰ ਸਕਦੇ ਹਾਂ ਅਸ਼ਟ ਸਿੱਧੀਆਂ ਅਤੇ ਨੌ ਨਿੱਧੀਆਂ ਅਸਲ ਵਿੱਚ ਦਿਮਾਗ ਦੇ ਚਮਤਕਾਰ ਹਨ ਜੀਵਨ ਵਿੱਚ ਜੋ ਵੀ ਸੁੱਖ-ਦੁੱਖ ਆਉਣ ਉਸ ਨੂੰ ਧੀਰਜ ਨਾਲ ਸਹਿਣ ਕਰਨਾ ਚਾਹੀਦਾ ਹੈ ਕਿ ਸੁੱਖ ਅਤੇ ਕੀ ਦੁੱਖ ਦੋਹਾਂ ਨੂੰ ਆਪਣੇ ਉੱਤੇ ਇਸ ਤਰ੍ਹਾਂ ਲੰਘਣ ਦੇਣਾ ਚਾਹੀਦਾ ਹੈ ਜਿਵੇਂ ਕੋਹ ਮੁਸਾਫਿਰ ਹਨ ਜਿਨ੍ਹਾਂ ਨਾਲ ਆਪਣਾ ਕੋਈ ਸੰਬੰਧ ਨਹੀਂ ਪੁਸਤਕ ਦੇ ਕੁਝ ਬਿੰਦੂ ਸਰੀਰ ਤੋਂ ਵੀ ਵਿਲੱਖਣ ਮਸਤਕ ਅਣਦੇਖੀ ਨਾ ਕਰਿਏ ਮਸਤਕ ਵਿੱਚ ਜਾਦੂਈ ਪਟਾਰਾ ਦ੍ਰਿਸ਼ਟੀਕੋਣ ਬਦਲਿਏ ਮਿੱਤਰਤਾ, ਕਰੁਣਾ, ਮੋਦਿਤਾ, ਉਪੇਖਿਆ